ਸੋ ਹਾਂਜੀ ਬਾਈ ਜੀ, ਆਪਾਂ ਬਾਰਡਰ ਤੋਂ ਪਿੱਛੇ ਰੁਕੇ ਹਾਂ। ਬਾਰਡਰ ਆਪਣਾ ਹਜੇ ਕਲੀਅਰ ਨਹੀਂ ਹੋਇਆ, ਕੀ ਕਰੀਏ ਬਾਈ ਜੀ। ਅਤੇ ਸਾਈਡ 'ਤੇ ਉਹ ਪਾਣੀ ਜਿਹਾ ਇਹਦਾ ਛੋਟਾ ਜਿਹਾ ਉਹ ਸੀਗਾ, ਸਮੁੰਦਰ ਜਿਹਾ ਛੋਟਾ ਜਿਹਾ ਕਹਿ ਲਓ ਤੁਸੀਂ, ਹੈ ਨਾ। ਵਧੀਆ ਆਇਆ ਉਹ, ਬਾਕੀ ਜਦੋਂ ਐਡਿਟ ਕਰਾਂਗੇ ਫਿਰ ਪਤਾ ਲੱਗੂ ਬਾਈ ਜੀ। ਨਜ਼ਾਰਾ ਫੁੱਲ ਆ ਰਿਹਾ ਬਾਈ ਜੀ, ਮੌਸਮ ਪੂਰਾ ਐਨ ਇੱਕ ਨੰਬਰ ਆ। ਟਾਈਮ ਦੇਖ ਲਓ 8 ਵੱਜ ਗਏ, ਫਿਰ ਵੀ ਹਜੇ ਦਿਨ ਖੜ੍ਹਾ। ਗਾਂ ਤੋਂ ਗਾਂ 9:15 ਤੱਕ ਦਿਨ ਹੋਣਾ ਕਰਨਾ, ਅਤੇ ਮਜ਼ਾ ਆ ਜਾਣਾ ਕਰਨਾ ਬਾਈ ਜੀ ਕੰਮ ਕਰਨ ਦਾ। ਹਾਂਜੀ ਮਿੱਤਰੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ ਸਾਰੇ ਬਾਈ? ਵਧੀਆ, ਉਮੀਦ ਕਰਦੇ ਸਾਰੇ ਵਧੀਆ ਹੋਵੋਗੇ। ਸੋ ਆਪਾਂ ਲਾਸਟ ਕੋਸਕੋ ਦੀ ਡਿਲੀਵਰੀ ਕਰਤੀ ਸੀਗੀ। ਜਿਹੜੇ ਵੀਰਾਂ ਨੇ ਲਾਸਟ ਵੀਡੀਓ ਨਹੀਂ ਦੇਖੀ ਉਹ ਪਹਿਲਾਂ ਵੀਰ ਪਿਛਲੀ ਵੀਡੀਓ ਦੇਖਣ, ਫਿਰ ਹੀ ਤੁਹਾਨੂੰ ਅਗਲਾ ਪ੍ਰੋਗਰਾਮ ਸਾਰਾ ਸਮਝ ਆਉਣਾ। ਸੋ ਆਪਾਂ ਲਵਜ਼ ਦੇ ਪੰਪ 'ਤੇ ਰੁਕੇ ਸੀ, ਰੀਲੋਡ ਸਾਨੂੰ ਆ ਗਿਆ। ਮਿਸ਼ੀਗਨ ਦੇ ਵਿੱਚ ਇਸ ਟਾਈਮ ਹੈਗੇ ਆਪਾਂ। ਕੋਸਕੋ ਦੀ ਡਿਲੀਵਰੀ ਤੋਂ ਬਾਅਦ ਸਾਨੂੰ ਮਿਸ਼ੀਗਨ ਦਾ ਹੀ ਲੋਡ ਆ ਗਿਆ। ਇੱਥੋਂ 2 ਘੰਟੇ ਦੀ ਡਰਾਈਵ 'ਤੇ ਹੈਗਾ ਮਿਸ਼ੀਗਨ ਦਾ ਲੋਡ, ਉਹ ਆਪਾਂ ਚੱਕ ਕੇ ਫਿਰ ਆਪਾਂ ਸਾਰਨੀਆ ਬਾਰਡਰ ਕ੍ਰੋਸ ਕਰਕੇ ਆਪਾਂ ਕੈਨੇਡਾ ਐਂਟਰ ਕਰਾਂਗੇ। ਡਿਟਰੋਇਟ ਵਾਲਾ ਬਾਰਡਰ ਆਪਾਂ ਟੱਪ ਕੇ USA ਆਏ ਸੀ, ਹੁਣ ਸਾਰਨੀਆ ਬਾਰਡਰ ਟੱਪ ਕੇ ਆਪਾਂ ਵਾਪਸ ਜਾਵਾਂਗੇ। ਅਤੇ ਬ੍ਰੇਕਫਾਸਟ ਕਰ ਲਈਏ ਆਪਾਂ ਇੱਥੋਂ ਲਵਜ਼ ਦੇ ਪੰਪ ਤੋਂ ਤੇਲ ਪਵਾਇਆ ਸੀ, ਨਾਲੇ ਸ਼ਾਵਰ ਆ ਗਿਆ ਸੀ। ਆਪਾਂ ਮੋਬਾਈਲ ਚੈੱਕ ਇਨ ਕਰਕੇ ਸ਼ਾਵਰ ਲੈ ਆਉਂਦਾ, ਨਾਲ ਹੀ ਇੱਥੇ ਸਾਬੇ ਦਾ ਚੱਕਿਆ ਸੈਂਡਵਿਚ। ਸੋ ਇਹ ਬਾਈ ਜੀ ਖਾ ਲਈਏ ਪਹਿਲਾਂ ਪੇਟ ਪੂਜਾ, ਉਸ ਤੋਂ ਬਾਅਦ ਬਾਈ ਜੀ ਕੰਮ ਦੂਜਾ। ਬਾਕੀ ਡਰੋਨ ਸ਼ਾਟ ਬਾਰੇ ਕੀ ਇਰਾਦਾ ਬਾਈ ਜੀ, ਦੇਖਣਾ ਚਾਹੁੰਦੇ ਹੋ, ਮੰਗਦੇ ਹੋ? ਕਿਉਂਕਿ ਵਧੀਆ ਟਰੱਕ ਟਰੁੱਕ ਏਰੀਆ ਖੁੱਲ੍ਹਾ, ਇੱਥੇ ਟਰੱਕ ਹੀ ਟਰੱਕ ਖੜ੍ਹੇ ਆ। ਜੇ ਤਾਂ ਤੁਸੀਂ ਦੇਖਣਾ ਮੰਗਦੇ ਹੋ, ਅੜਾਊਂਗਾ ਤਾਂ ਹੀ ਜੇ ਚੈਨਲ ਸਬਸਕ੍ਰਾਈਬ ਕਰੂੰਗੇ। ਚੈਨਲ ਪਹਿਲਾਂ ਸਬਸਕ੍ਰਾਈਬ ਕਰੋ ਮੇਰਾ ਵੀਰ, ਫਿਰ ਮੈਂ ਉਹਨਾਂ 'ਚ ਡਰੋਨ ਡਰੂਨ ਕੱਢਦਾ, ਰੈਡੀ ਟੂ ਫਲਾਈ ਕਰਦਾ ਉਹਨੂੰ। ਅਤੇ ਤੁਸੀਂ ਮੇਰਾ ਵੀਰ ਉਹਨਾਂ ਚਿਰ ਚੈਨਲ ਸਬਸਕ੍ਰਾਈਬ ਕਰੋ। ਚੈਨਲ ਜੇ ਸਬਸਕ੍ਰਾਈਬ ਨਹੀਂ ਕਰਦੇ ਫਿਰ ਨਹੀਂ ਮੈਂ ਉਡਾਉਣਾ ਵੀਰੇ, ਕਿਉਂਕਿ ਤੁਸੀਂ ਬਾਈ ਜੀ ਧੱਕਾ ਕਰ ਜਾਂਦੇ ਹਾਂ ਗਰੀਬ ਨਾਲ। ਵੀਡੀਓ ਦੇਖੀ ਜਾਂਦੇ ਹਾਂ ਅਤੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ, ਇਹ ਫਿਰ ਗੱਲਬਾਤ ਬਣਦੀ ਨਹੀਂ। ਤਾਂ ਚੈਨਲ ਸਬਸਕ੍ਰਾਈਬ ਕਰੋ ਅਤੇ ਮੈਂ ਉਡਾਉਂਦਾ ਉਹਨਾਂ 'ਚ ਡਰੋਨ, ਅਤੇ ਫਿਰ ਮਿਲਦੇ ਹਾਂ।
ਲਓ ਜੀ ਬਾਈ ਜੀ, ਲੋਡ ਆਪਾਂ ਚੱਕ ਲਿਆ ਅਤੇ ਆਪਾਂ ਚੱਲੀਏ ਹੁਣ। ਤੋ ਆਪਾਂ ਨੂੰ ਬਾਰਡਰ ਜਿਹੜਾ ਹੈਗਾ ਇੱਥੋਂ 2.5 ਘੰਟੇ ਦਾ ਬਾਰਡਰ ਆ। ਜੇ ਆਪਣਾ ਬਾਰਡਰ ਕੰਪਨੀ ਨੇ ਟਾਈਮ ਨਾਲ ਕਲੀਅਰ ਕਰਾ ਦਿੱਤਾ ਤਾਂ ਆਪਾਂ ਬਸ ਨਿਕਲ ਜਾਵਾਂਗੇ। ਅਤੇ ਆਪਾਂ ਦਾ ਬਾਈ ਜੀ ਕੰਮ ਲੰਬਾ, ਕੱਲ੍ਹ ਨੂੰ ਆਪਣੇ ਕੋਲ 5 ਡਿਲੀਵਰੀਆਂ ਇੱਥੋਂ ਜਿਹੜਾ ਲੋਡ ਚੱਕਿਆ ਇਹਦੇ 5 ਸਟੋਪ ਆ ਅੰਟਾਰੀਓ 'ਚ। ਸੋ ਉਹਦੇ ਵਿੱਚ ਇੱਕ ਬ੍ਰੈਂਟਫੋਰਡ ਆ ਸਵੇਰੇ 6:30 ਵਜੇ, ਟੋਰਾਂਟੋ ਆ, ਈਟੋਬੀਕੋ ਆ, ਵੁੱਡਬ੍ਰਿਜ ਆ, ਇੱਕ ਅੱਧਾ ਹੋਰ ਆ। ਸੋ 5 ਸਟੋਪ ਆ ਬਾਈ ਜੀ ਆਪਣਾ, ਕੱਲ੍ਹ ਦਾ ਦਿਨ ਅੰਟਾਰੀਓ 'ਚ ਲੱਗੂਗਾ, ਉੱਥੋਂ ਅਗਲੇ ਦਿਨ ਸਾਨੂੰ ਸਿੱਧਾ ਲੋਡ ਚੁਕਾਉਣਗੇ। ਆਲੇ ਦੁਆਲੇ ਦੇਖ ਕੇ ਬਾਈ ਜੀ, ਚੱਲ ਮੇਰੇ ਬਾਈ, ਸਤਨਾਮ ਸੱਚੇ ਪਾਤਸ਼ਾਹ। ਸੋ ਇੱਧਰਲੇ ਪਾਸੇ ਵਾਲੇ ਏਰੀਏ ਬਾਈ ਜੀ ਵਧੀਆ, ਇਸ ਇੱਧਰ ਨੂੰ ਸਾਰਨੀਆਂ ਵੱਲੋਂ ਜਾਂ ਡਿਟਰੋਇਟ ਵਾਲੇ ਬਾਰਡਰ ਵੱਲੋਂ ਜੇ ਆਉਂਦੇ ਹਾਂ ਆਪਾਂ, ਇੱਧਰ ਵੱਡੇ ਹਾਈਵੇ ਐਨ ਵਧੀਆ ਗੱਲਬਾਤ ਆ ਪੂਰੀ। ਸੋ ਜਿੱਧਰ ਨੂੰ ਆਪਾਂ ਚੱਲਦੇ ਉੱਧਰ ਨਿਊਯਾਰਕ ਪੈਨਸਲਵੀਨੀਆ ਹਾਊਸਟਨ ਬਾਰਡਰ ਵਾਲਾ ਪਾਸਾ, ਉਹ ਥੋੜ੍ਹਾ ਜਿਹਾ ਇਲਾਕਾ ਥੋੜ੍ਹਾ ਜਿਹਾ ਟਾਈਟ ਜਿਹਾ ਕਹਿ ਲਓ, ਇੱਧਰ ਤਾਂ ਗੱਲਬਾਤ ਆ ਬਾਈ ਜੀ ਪੂਰੀ ਸਾਫ਼ ਸੁਥਰਾ ਏਰੀਆ, ਟਰੈਕਿੰਗ ਅਸਲੀ ਤਾਂ ਇੱਧਰਲੇ ਪਾਸੇ ਨੂੰ ਚੱਲਦੀ ਆ। ਇੱਥੇ ਬਾਈ ਜੀ ਹੁਣ ਸਟੋਪ ਸਾਈਨ ਤੋਂ ਆਪਾਂ ਹੋ ਜਾਣਾ ਰਾਈਟ, ਇਹ ਘਰਾਂ ਜਿਹਾ ਵਿੱਚ ਦੀ ਆ, ਥੋੜ੍ਹਾ ਜਿਹਾ ਰਸਤਾ ਅੱਗੇ ਆਪਾਂ ਹਾਈਵੇ 96 ਇੰਟਰਸਟੇਟ ਚੜ੍ਹ ਜਾਣਾ। ਸੋ ਇੱਥੋਂ ਬਾਈ ਜੀ ਜੇ ਆਪਾਂ ਚੜ੍ਹਾ ਕੇ ਮੋੜਾਂਗੇ ਤਾਂ ਮੇ ਬੀ ਆਪਣੇ ਟ੍ਰੇਲਰ ਦੇ ਟਾਇਰ ਉੱਤੇ ਚੜ੍ਹਨਗੇ, ਇਸ ਕਰਕੇ ਆਪਾਂ ਵਧਾ ਕੇ ਕੱਟ ਕੇ ਫਿਰ ਚੱਲਾਂਗੇ, ਥੋੜ੍ਹਾ ਇੱਧਰਲੀ ਸਾਈਡ ਦੱਬ ਕੇ ਨਾ, ਤਾਂ ਆਪਾਂ ਇੱਧਰ ਨੂੰ ਥੋੜ੍ਹਾ ਜਿਹਾ ਦੱਬ ਕੇ ਫਿਰ ਕੱਟਾਂਗੇ ਬਾਈ ਜੀ, ਫਿਰ ਜਾ ਕੇ ਕੱਟ ਹੋਣਾ ਪ੍ਰੋਪਰ, ਨਹੀਂ ਤਾਂ ਇੱਧਰੋਂ ਚੜ੍ਹ ਜਾਣਾ। ਗੱਡੀ ਵਾਲਿਓ ਦੇ ਦਿਓ ਰਾਹ ਮੇਰਾ ਵੀਰ, ਐਂ ਨਾ ਕਰੋ, ਜਾ ਲੈਂਦੋ ਗਰੀਬ ਨੂੰ। ਜਾ ਲੈਂਦੋ ਮੇਰਾ ਵੀਰ, ਨਾ ਕਰੋ ਇੱਦਾਂ, ਨਾ ਕਰੋ ਮੇਰਾ ਵੀਰ। ਬਾਈ ਜੀ ਗੱਡੀਆਂ ਵਾਲੇ ਕਈ ਵਾਰੀ ਨਾ ਰਸਤਾ ਨਹੀਂ ਦਿੰਦੇ। ਇਹਨਾਂ ਤੋਂ ਆਪ ਹੀ ਰਸਤਾ ਮੰਗਣਾ ਪੈਂਦਾ ਬਾਈ ਜੀ। ਦੇਖੋ ਇੱਦਾਂ ਚੜ੍ਹਾ ਕੇ ਬਾਈ ਜੀ ਕੱਟ ਲੈਂਦੇ ਹਾਂ, ਐਵੇਂ ਉੱਥੇ ਪਿੱਛੇ ਚੜ੍ਹ ਜੂਗਾ। ਦੇਖੋ ਹੁਣ ਵੀ ਟ੍ਰੇਲਰ ਦੇ ਟਾਇਰ ਹੈ ਨਾ, ਨਾਲ ਜੇ ਲਾ ਕੇ ਆ ਰਹੇ ਆ ਪਿੱਛੇ, ਜੇ ਆਪਾਂ ਉਰਿਓ ਹੀ ਕੱਟ ਦਿੰਦੇ ਹਾਂ ਫਿਰ ਬਾਈ ਜੀ ਚੱਕਰ ਪੈ ਜਾਣਾ ਸੀ। ਸਾਹਮਣੇ ਬਾਈ ਜੀ ਬੋਰਡ ਲੱਗਾ ਹਾਈਵੇ 96 ਇੰਟਰਸਟੇਟ, ਸਿੱਧਾ ਹੀ ਜਾਣਾ ਆਪਾਂ। ਸੋ ਕੱਲ੍ਹ ਨੂੰ ਆਪਾਂ ਨੂੰ ਤੜਕੇ ਉੱਠਣਾ ਪਊਗਾ ਬਾਈ ਜੀ, ਫਿਰ ਹੀ ਆਪਣੇ ਤੋਂ ਪਹਿਲੀ ਡਿਲੀਵਰੀ 6:30 ਵਜੇ ਦੀ ਲੱਗੂਗੀ। ਬਾਰਡਰ ਬੂਰਡਰ ਪਹਿਲਾਂ ਟੱਪੀਏ, ਫਿਰ ਪਲੈਨ ਕਰਦੇ ਹਾਂ ਅਗਲਾ ਕੀ ਹਿਸਾਬ ਕਿਤਾਬ ਆ।
ਜੀ ਬਾਈ ਜੀ ਆਪਾਂ ਬਾਰਡਰ ਤੋਂ ਪਿੱਛੇ ਰੋਕੇ ਹਾਂ, ਬਾਰਡਰ ਆਪਣਾ ਹਜੇ ਕਲੀਅਰ ਨਹੀਂ ਹੋਇਆ, ਕੀ ਕਰੀਏ ਬਾਈ ਜੀ। ਐ ਨਾ ਪੂਰਾ ਮਜ਼ਾ ਆ ਰਿਹਾ ਸੀ ਟਰੱਕ ਚਲਾਉਣ ਦਾ, ਅਤੇ ਹੁਣ ਬਾਰਡਰ ਹੀ ਨਹੀਂ ਕਲੀਅਰ, ਕੀ ਕਰੀਏ, ਹੁਣ ਪਿੱਛੇ ਰੁਕਣਾ ਪੈ ਗਿਆ। ਅਤੇ ਡਿਲੀਵਰੀਆਂ ਆਪਣੇ ਕੋਲ 5 ਆ ਸਵੇਰ ਨੂੰ ਬਾਈ ਜੀ, ਇੱਕੋ ਜਗ੍ਹਾ ਲੋਡ ਚੱਕਿਆ ਪਰ 5 ਡਰੋਪਾਂ ਇਹਦੀਆਂ ਹੈਗੀਆਂ। ਸਵੇਰੇ ਪਹਿਲੀ 6:30 ਵਜੇ ਡਿਲੀਵਰੀ ਸਾਰੀਆਂ ਅੰਟਾਰੀਓ ਦੇ ਵਿੱਚ, ਕੋਈ ਟੋਬੀਕੋ ਆ, ਕੋਈ ਟੋਰਾਂਟੋ ਆ, ਕੋਈ ਬ੍ਰੈਂਡ ਫੋਰਡ ਆ, ਕੋਈ ਕਿਤੇ, ਹੈ ਨਾ। 5 ਡਿਲੀਵਰੀਆਂ ਕਰਨੀਆਂ ਪਰ ਬਾਰਡਰ ਕਲੀਅਰ ਹੋਣਾ ਚਾਹੀਦਾ। ਮੇਰਾ ਇਰਾਦਾ ਸੀ ਅੱਜ ਕਨੇਡਾ ਵੜ ਕੇ ਫਿਰ ਹੀ ਸੌਣਾ ਆ, ਪਰ ਹੁਣ ਦੇਖਦੇ ਹਾਂ, ਕੰਪਨੀ ਨੂੰ ਕੀਤਾ ਮੈਸੇਜ ਬਾਰਡਰ ਕਲੀਅਰ ਹੋ ਗਿਆ 1 ਘੰਟੇ ਦੇ ਵਿੱਚ ਚੱਲਾਂਗੇ, ਨਹੀਂ ਤਾਂ ਫਿਰ ਇੱਥੇ ਸਲੀਪ ਪਾ ਕੇ ਅਤੇ ਕੰਮ ਫਤਿਹ ਕਰ ਦਾਂਗੇ। ਸਵੇਰੇ ਚੱਲਾਂਗੇ। ਲਫਜ਼ ਦਾ ਪੰਪ ਆ ਬਾਈ ਜੀ, ਲਫਜ਼ ਪੰਪ ਜਿੰਦਾਬਾਦ ਆ ਬਾਈ ਜੀ, ਹਰ ਜਗ੍ਹਾ 'ਤੇ ਚੈੱਕ ਕਰੋ ਮਾਹੌਲ ਬਾਹਰਲਾ ਮੇਰਾ ਵੀਰ। ਪਾਰਕਿੰਗ ਖੁੱਲ੍ਹੀ ਆ ਹਜੇ ਤੱਕ, ਪਾਰਕਿੰਗ ਦੇ ਸਪੋਟ ਦੇਖੋ ਕਿੰਨੇ ਖਾਲੀ, ਇੱਧਰ ਵੀ ਮੇਰੇ ਨਾਲ ਵੀ ਇੱਧਰ ਖਾਲੀ ਪਏ ਆ, ਇੱਧਰ ਬਾਈ ਲੱਗਾ ਇੱਕ, ਇੱਧਰ ਵੀ ਖਾਲੀ ਹੈ ਬਾਈ ਜੀ। ਮਾਹੌਲ ਪੂਰਾ 1 ਨੰਬਰ ਆ। ਬਸ ਇਹੀ ਸੀਗੇ, ਬਾਰਡਰ ਕਲੀਅਰ ਨਹੀਂ ਹੋਇਆ ਤਾਂ ਡਰੋਨ ਸ਼ਾਟ ਕੱਢ ਲਏ ਮੈਂ 2-3। ਪੂਰੀ ਗੱਲਬਾਤ ਨਜ਼ਾਰੇ ਵਾਲੀ ਗੱਲਬਾਤ ਆ ਬਾਈ ਜੀ, ਜਦੋਂ ਦੇਖੂੰਗੇ ਨਾ ਵੀਡੀਓ ਅਤੇ ਐਨ ਨਾ ਮਨ ਨਾ ਖੁਸ਼ ਹੋਜੂ ਤੁਹਾਡਾ ਮੇਰਾ ਵੀਰ। ਨਜ਼ਾਰਾ ਆ ਗਿਆ ਬਾਈ ਜੀ, ਇੱਕ ਮੈਂ ਰਸਤੇ 'ਚ ਰੁਕ ਕੇ ਡਰੋਨ ਸ਼ਾਟ ਖਿੱਚਿਆ, ਰੋਡ ਦੇ ਉੱਤੇ ਟਰੱਕ ਆਪਣਾ ਖੜ੍ਹਾ ਸੀ ਅਤੇ ਸਾਈਡ 'ਤੇ ਉਹ ਪਾਣੀ ਜਿਹੇ ਦਾ ਛੋਟਾ ਜਿਹਾ ਉਹ ਸੀਗਾ, ਸਮੁੰਦਰ ਜਿਹਾ ਛੋਟਾ ਜਿਹਾ ਕਹਿ ਲਓ ਤੁਸੀਂ, ਹੈ ਨਾ। ਵਧੀਆ ਨਜ਼ਾਰਾ ਫੁੱਲ ਆ ਰਿਹਾ ਬਾਈ ਜੀ, ਮੌਸਮ ਪੂਰਾ ਐਨ 1 ਨੰਬਰ ਆ। ਟਾਈਮ ਦੇਖ ਲਓ 8:00, ਫਿਰ ਵੀ ਹਜੇ ਦਿਨ ਖੜ੍ਹਾ, ਗਾਂਹ ਤੋਂ ਗਾਂਹ 9:15 ਤੱਕ ਦਿਨ ਹੋਣਾ ਕਰਨਾ ਅਤੇ ਮਜ਼ਾ ਆ ਜਾਣਾ ਕਰਨਾ ਬਾਈ ਜੀ ਕੰਮ ਕਰਨ ਦਾ, ਪੂਰੀ ਗੱਲਬਾਤ ਹੋਇਆ ਕਰਨੀ ਆ। ਸੋ ਬਾਬਾ ਮਿਹਰ ਕਰੇ, ਗਰਮੀ 'ਚ ਦਿਨ ਵਧੀਆ ਆਪਣੇ ਵਾਸਤੇ, ਸਰਦੀਆਂ ਵਾਲੇ ਤਾਂ ਬਸ ਔਖੀ ਆ, ਔਖਾ ਹੀ ਹੁੰਦੀ ਆ ਗੱਲਬਾਤ ਸਰਦੀਆਂ 'ਚ ਤਾਂ। ਗਰਮੀਆਂ 'ਚ ਨਜ਼ਾਰਾ ਆਉਂਦਾ ਫੁੱਲ, ਪੂਰਾ ਇੰਜੋਏ ਕਰਾਂਗੇ। ਵੀਡੀਓ ਤੁਸੀਂ ਦੇਖਦੇ ਰਹੋ ਮੇਰਾ ਵੀਰ, ਅਤੇ ਚੈਨਲ ਸਬਸਕ੍ਰਾਈਬ ਹੀ ਕਰ ਦਿਓ ਮੇਰਾ ਵੀਰ, ਇੱਦਾਂ ਨਾ ਕਰੋ ਮੇਰਾ ਵੀਰ, ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਇਕੱਲੀਆਂ ਵੀਡੀਓ ਨਾ ਦੇਖੀ ਜਾਓ ਬਾਈ ਜੀ। ਆਪਣੀ ਫੈਮਿਲੀ ਵੱਡੀ ਹੋਊਗੀ ਫਿਰ ਹੀ ਨਜ਼ਾਰਾ ਆਊ ਕੰਮ ਕਰਨ ਦਾ। ਬਾਕੀ ਕੋਈ ਨਹੀਂ, ਦੇਖਦੇ ਹਾਂ ਕੀ ਅਪਡੇਟ ਆ ਕੰਪਨੀ ਦੀ, ਫਿਰ ਉਸ ਹਿਸਾਬ ਨਾਲ ਚੱਲਾਂਗੇ ਮੇਰਾ ਵੀਰ। ਤਦ ਤੱਕ ਲਈ ਸਟੇ ਟਿਊਨਡ, ਜਾਣਾ ਨਹੀਂ ਕਿਤੇ ਵੀ, ਵੀਡੀਓ ਦੇਖਦੇ ਰਹੋ ਮੇਰਾ ਵੀਰ। ਬਾਈ ਜੀ ਆਪਣਾ ਬਾਰਡਰ ਹੋ ਗਿਆ ਕਲੀਅਰ, ਆਪਾਂ ਨੂੰ ਮੈਸੇਜ ਆ ਚੁੱਕਿਆ, ਆਹ ਵਾਲਾ ਮੈਸੇਜ ਆਉਂਦਾ ਬਾਈ ਜੀ ਸਾਨੂੰ ਹਮੇਸ਼ਾ, ਯੂਅਰ ਪਾਰਸ ਪੈਪ ਇਜ਼ ਰੈਡੀ ਫੋਰ ਯੂ ਟੂ ਕ੍ਰੋਸ। ਆਪਣੀਆਂ ਬਾਈ ਜੀ ਜਿਹੜੀਆਂ ਡਿਲੀਵਰੀਆਂ ਹੈਗੀਆਂ 5 ਕੱਲ੍ਹ ਨੂੰ, ਤਾਂ ਪਹਿਲੀ ਹੈਗੀ ਸਵੇਰ ਨੂੰ 6:30। ਸੋ ਜੇ ਆਪਾਂ ਰਸਤੇ 'ਚ ਰੁਕਦੇ ਹਾਂ, ਉਸ ਤੋਂ ਬਾਅਦ ਕਨੇਡਾ ਦੇ ਵਿੱਚ ਆਪਾਂ ਨੂੰ 8 ਘੰਟੇ ਸਲੀਪ ਦੇ ਪਾ ਕੇ ਫਿਰ ਆਪਣੀ ਬੁੱਕ ਰੀਸੈਟ ਹੁੰਦੀ, ਫਿਰ ਸਾਨੂੰ ਆਵਰ ਆਉਂਦੇ ਆ ਪੂਰੇ। ਅਤੇ ਜੇ ਆਪਾਂ ਰਸਤੇ 'ਚ ਰੁਕਦੇ ਹਾਂ ਤਾਂ ਫਿਰ ਸਵੇਰੇ 6:30 ਪਹੁੰਚਿਆ ਨਹੀਂ ਜਾਣਾ।
ਸੋ ਇਸ ਕਰਕੇ ਆਪਾਂ ਪਹਿਲੀ ਡਿਲੀਵਰੀ 'ਤੇ ਜਾ ਕੇ ਸੌਵਾਂਗੇ, ਕਿਉਂਕਿ ਉੱਥੋਂ ਆਪਾਂ ਪਹਿਲਾਂ ਵੀ ਲੋਡ ਚੱਕਿਆ ਅਤੇ ਉੱਥੇ ਮੈਨੂੰ ਪਤਾ ਉੱਥੇ ਓਵਰਨਾਈਟ ਪਾਰਕਿੰਗ ਹੈਗੀ ਆ, ਖੁੱਲ੍ਹੀ ਹੈ ਨਾ, ਖੁੱਲ੍ਹਾ ਡੁੱਲਾ ਏਰੀਆ, ਵਾਸ਼ਰੂਮ ਵਗੈਰਾ ਹੈਗੇ ਆ, ਅਤੇ ਉੱਥੇ ਜਾ ਕੇ ਸੌ ਜਾਂਗੇ ਬਾਈ ਜੀ। ਸਵੇਰੇ 6:30 ਡਿਲੀਵਰੀ ਕਰਕੇ ਫਿਰ ਦੂਜੀ ਡਿਲੀਵਰੀ ਵੱਲ ਵਧਾਂਗੇ। ਹਾਂ ਵੀ ਮੁੰਡਿਓ, ਆਪਣਾ ਬਾਰਡਰ ਜਿਹੜਾ ਸਾਰਨੀਆ ਬਾਰਡਰ ਆਪਾਂ ਕ੍ਰੋਸ ਕਰ ਲਿਆ ਸੀਗਾ, ਸੋ ਬਾਹਲਾ ਟਾਈਮ ਨਹੀਂ ਲੱਗਿਆ, ਐਵੇਂ 5-7 ਮਿੰਟ ਦੀ ਗੇਮ ਸੀਗੀ, ਕੁਛ ਵੀ ਨਹੀਂ ਪੁੱਛਿਆ, ਕਿਉਂਕਿ ਜਦੋਂ ਆਪਾਂ USA ਤੋਂ ਕੈਨੇਡਾ ਵਾਲੇ ਪਾਸੇ ਆਉਂਦੇ ਹਾਂ ਉੱਥੇ ਬਹੁਤਾ ਟਾਈਮ ਨਹੀਂ ਲੱਗਦਾ, ਬਹੁਤ ਰੇਅਰ ਚਾਂਸ ਹੀ ਹੋਊਗਾ ਜੇ ਡਿਟਰੋਇਟ ਬਾਰਡਰ ਤੁਸੀਂ ਵਾਪਸ ਆ ਰਹੇ ਜਾਂ ਸਾਰਨੀਆ ਤੁਹਾਨੂੰ ਕਿਤੇ ਕੋਈ ਜ਼ਿਆਦਾ ਪੁੱਛ ਗਿੱਛ ਹੋਊਗੀ, ਨਹੀਂ ਤਾਂ ਜਦੋਂ ਆਪਾਂ USA ਨੂੰ ਐਂਟਰ ਕਰਦੇ ਹਾਂ ਉਦੋਂ ਚੱਕਰ ਪੈਂਦਾ ਹੈ ਬਾਰਡਰ 'ਤੇ। ਸੋ ਜਦੋਂ ਆਏ ਹਾਂ ਆਪਾਂ, ਸਾਨੂੰ ਕੁਛ ਨਹੀਂ ਪੁੱਛਿਆ, ਬਸ ਕੀ ਹੌਲ ਕੀਤਾ, ਤੁਸੀਂ ਕੀ ਲੈ ਕੇ ਆਏ, ਕਿੱਥੋਂ ਲੋਡ ਚੱਕਿਆ, ਕਿੱਥੇ ਜਾਣਾ, ਅਤੇ ਕੁਛ ਪਰਚੇਜ਼ ਕੀਤਾ। ਇਹ ਜ਼ਰੂਰ ਪੁੱਛਦੇ ਆ ਜਦੋਂ ਆਪਾਂ USA ਤੋਂ ਕੈਨੇਡਾ ਵਾਲੀ ਸਾਈਡ ਵੜਦੇ ਹਾਂ, ਇੰਨਾ ਜ਼ਰੂਰ ਪੁੱਛਦੇ ਕੋਈ ਵੀ ਬਾਰਡਰ ਤੁਸੀਂ ਕ੍ਰੋਸ ਕਰਦੇ ਹਾਂ ਕਿ ਤੁਸੀਂ USA ਦੇ ਵਿੱਚ ਕੋਈ ਪਰਚੇਜ਼ਿੰਗ ਕੀਤੀ ਹੈ। ਜੇ ਕੀਤੀ ਹੈ ਤਾਂ ਉਹ ਤੁਹਾਨੂੰ ਡਿਕਲੇਅਰ ਕਰਨੀ ਪੈਂਦੀ ਹੈ, ਕਿਉਂਕਿ ਆਈ ਥਿੰਕ ਜੇ ਤੁਸੀਂ $1,000 ਤੋਂ ਥੱਲੇ ਥੱਲੇ ਸਮਾਨ ਲਿਆਉਂਦੇ ਫਿਰ ਤੁਹਾਨੂੰ ਉੱਥੇ ਡਿਊਟੀ ਫਰੀ ਦਾ ਟੈਕਸ ਨਹੀਂ ਦੇਣਾ ਪੈਂਦਾ। ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਪੱਕਾ ਨਹੀਂ ਪਤਾ, ਮੈਂ ਵੀ ਇਹ ਸੁਣਿਆ। ਅਤੇ ਜੇ ਤੁਸੀਂ $1,000 ਤੋਂ ਜ਼ਿਆਦਾ ਦਾ ਕੋਈ ਸਮਾਨ ਲੈਂਦੇ ਆ ਫਿਰ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ, ਪਰ ਔਫਿਸਰ ਨੂੰ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ ਜੇਕਰ ਤੁਸੀਂ ਡਿਊਟੀ ਫਰੀ ਤੋਂ ਕੁਛ ਪਰਚੇਜ਼ ਕੀਤਾ ਹੈ। ਸੋ 5 ਮਿੰਟ 'ਚ ਆਪਾਂ ਵਿਹਲੇ ਹੋ ਗਏ ਸੀ, ਅਤੇ ਉਸ ਤੋਂ ਬਾਅਦ ਆਪਣੀਆਂ 5 ਡਿਲੀਵਰੀਆਂ ਆ, ਆਪਾਂ ਹੁਣ ਪਹਿਲੀ ਡਿਲੀਵਰੀ 'ਤੇ ਪਹੁੰਚ ਗਏ ਹਾਂ, ਅਤੇ ਇੱਥੇ ਆਪਾਂ ਹੁਣ ਸੌਵਾਂਗੇ ਟੌਰਨ, ਕਿਉਂਕਿ ਜੇ ਆਪਾਂ ਰਸਤੇ 'ਚ ਰੁਕਦੇ ਤਾਂ ਸਾਡੇ ਕੋਲ ਪਹਿਲੀ ਡਿਲੀਵਰੀ ਜਿਹੜੀ ਸਵੇਰੇ 6:30 ਆ ਅਤੇ ਉਹ ਆਪਣੀ ਨਹੀਂ ਹੋਣੀ, ਅਤੇ ਇਸ ਕਰਕੇ ਆਪਾਂ ਬਾਰਡਰ ਬੂਡਰ ਟੱਪ ਕੇ ਵਧੀਆ ਕੈਨੇਡਾ ਵਾਲੀ ਸਾਈਡ ਆ ਕੇ ਹੁਣ ਇੱਥੇ ਸੌਵਾਂਗੇ, ਸਵੇਰੇ ਉੱਠ ਕੇ ਆਪਾਂ ਪਹਿਲੀ ਡਿਲੀਵਰੀ ਕਰਾਂਗੇ ਅਤੇ ਬਾਕੀ ਕਰਾਂਗੇ। ਸੋ ਬਸ ਇਹ ਸੀ ਬਾਈ ਜੀ ਵੀਡੀਓ, ਅਤੇ ਬਾਕੀ ਸਵੇਰੇ ਡਿਲੀਵਰੀਆਂ ਕਰਦੇ ਹਾਂ, ਦੇਖਦੇ ਕਿਹੋ ਜਿਹਾ ਦਿਨ ਚੜ੍ਹਦਾ, ਅਤੇ ਫਿਰ ਉਸ ਹਿਸਾਬ ਨਾਲ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਾਂਗੇ। ਠੀਕ ਆ ਬਾਈ ਜੀ, ਓਕੇ, ਗੁੱਡ ਨਾਈਟ, ਬਾਏ ਬਾਏ। ਸੋ ਹਾਂਜੀ ਬਾਈ ਜੀ, ਕਿਵੇਂ ਹੋ ਸਾਰੇ, ਠੀਕ ਠਾਕ ਹੋ? ਸੋ ਆਪਣੇ ਕੋਲ ਬਾਈ ਜੀ ਜਿਹੜਾ ਆਪਾਂ USA ਤੋਂ ਲੋਡ ਲੈ ਕੇ ਆਏ ਸੀ ਉਹਦੀਆਂ 5 ਡਿਲੀਵਰੀਆਂ ਸੀਗੀਆਂ, ਅਤੇ ਆਪਾਂ ਲਾਸਟ ਵਾਲੀ ਡਿਲੀਵਰੀ ਦੇ ਹਾਂ, ਲਾਸਟ ਸੀਗੀ ਆਪਣੀ ਕੋਲ ਮੈਟਰੋ ਦੀ ਡਿਲੀਵਰੀ। ਸੋ ਇੱਥੇ ਆਪਾਂ ਹੁਣ ਆਏ ਹਾਂ, ਬਾਕੀ 4 ਆਪਾਂ ਕਰਤੀਆਂ ਲਾਸਟ ਡਿਲੀਵਰੀ ਦੇ ਹਾਂ, ਬਾਕੀ ਜਿਹੜੀਆਂ 4 ਸੀਗੀਆਂ ਉਹ ਕਿਤੇ ਇੱਕ ਸਕਿੱਟ ਲਾਉਣੀ ਸੀ, ਕਿਤੇ 2 ਸੀਗੀਆਂ, ਕਿਤੇ 3 ਸੀ, ਵੱਧ ਤੋਂ ਵੱਧ 3 ਕੁ ਪੈਲਟ ਸੀਗੇ ਇੱਕ ਜਗ੍ਹਾ ਨਾ, ਅਤੇ ਉਹਦੇ ਵਿੱਚੋਂ ਇੱਕ ਡਿਲੀਵਰੀ ਉੱਥੇ ਇੱਕੋ ਹੀ ਸਕਿੱਟ ਲਾਉਣੀ ਸੀ ਆਪਾਂ, ਅਤੇ ਬਾਕੀ ਅੱਧੇ ਨਾਲੋਂ ਜ਼ਿਆਦਾ ਟ੍ਰੇਲਰ ਜਿਹੜਾ ਉਹ ਲਾਸਟ ਡਿਲੀਵਰੀ ਇੱਥੇ ਸਾਡਾ ਅਨਲੋਡ ਹੋਣਾ ਹੈ। ਸੋ ਇੱਥੇ ਵੀ ਮੈਟਰੋ ਦਾ ਵੀ ਇਹ ਹਿਸਾਬ ਆ, ਮੈਟਰੋ ਮੈਂ ਪਹਿਲੀ ਵਾਰੀ ਆਇਆ, ਇਹਨਾਂ ਨੇ ਵੀ ਆਹ ਕੋਸਕੋ ਵਾਲਾ ਯੰਤਰ ਜਿਹਾ ਦੇ ਦਿੱਤਾ, ਇਹਦੇ ਉੱਤੇ ਵਾਈਬ੍ਰੇਟ ਕਰਦਾ ਜਦੋਂ ਆਪਾਂ ਨੂੰ ਡੋਕ ਨੰਬਰ ਸਾਈਨ ਹੁੰਦਾ, 116 ਨੰਬਰ ਡੋਰ ਸਾਨੂੰ ਮਿਲਿਆ ਅਤੇ ਆਪਾਂ ਬੈਕਅਪ ਕਰਤਾ। ਅਤੇ ਇਹ ਬਾਈ ਜੀ ਮੈਟਰੋ ਵਾਲੇ ਕਹਿੰਦੇ ਕਿ ਸੇਫਟੀ ਬੂਟ ਅਤੇ ਸੇਫਟੀ ਵੈਸਟ ਤੁਹਾਡੇ ਪਾਈ ਹੋਣੀ ਚਾਹੀਦੀ ਆ, ਅਦਰਵਾਈਜ਼ ਤੁਹਾਨੂੰ $200 ਫਾਈਨ ਹੋ ਸਕਦਾ। ਸੋ ਇਸ ਕਰਕੇ ਬਾਈ ਜੀ ਆਪਾਂ ਸੇਫਟੀ ਵੈਸਟ ਅਤੇ ਸੇਫਟੀ ਸ਼ੂਜ਼ ਪਾਏ ਹੋਏ ਆ, ਜਿੰਨਾ ਚਿਰ ਆਪਾਂ ਯਾਰਡ 'ਚੋਂ ਨਹੀਂ ਨਿਕਲਦੇ ਉਨਾ ਚਿਰ ਆਪਾਂ ਪਾ ਕੇ ਰੱਖਾਂਗੇ। ਅਤੇ ਬਾਕੀ ਹਜੇ ਇਹਨਾਂ ਨੇ ਸਾਨੂੰ ਅਨਲੋਡ ਕਰਨਾ ਸਟਾਰਟ ਨਹੀਂ ਕੀਤਾ, ਕਿਉਂਕਿ ਲਾਈਟ ਹਜੇ ਗ੍ਰੀਨ ਹੀ ਆ, ਅਤੇ ਜਦੋਂ ਰੈੱਡ ਹੋ ਜੂਗੀ ਤਾਂ ਫਿਰ ਇਹ ਸਾਨੂੰ ਸਟਾਰਟ ਕਰਨਗੇ, ਉਸ ਤੋਂ ਬਾਅਦ ਜਦੋਂ ਦੁਬਾਰਾ ਫਿਰ ਗ੍ਰੀਨ ਲਾਈਟ ਹੋ ਗਈ ਫਿਰ ਆਪਾਂ ਡਨ ਹੋ ਜਾਵਾਂਗੇ, ਫਿਰ ਇਹ ਦੁਬਾਰਾ ਜਿਹੜਾ ਇੱਕ ਘੁੱਗੂ ਜਿਹਾ ਦੁਬਾਰਾ ਫਿਰ ਵਾਈਬ੍ਰੇਟ ਕਰੂਗਾ, ਇੱਥੇ ਮੈਸੇਜ ਆਊਗਾ ਕਮ ਟੂ ਦਾ ਆਫਿਸ, ਫਿਰ ਆਪਾਂ ਆਫਿਸ 'ਚ ਜਾ ਕੇ ਪੇਪਰ ਵਰਕ ਚੱਕਾਂਗੇ, ਟ੍ਰੇਲਰ ਕਲੋਜ਼ ਕਰਕੇ ਫਿਰ ਆਪਾਂ ਐਗਜ਼ਿਟ ਵਾਲੇ ਪਾਸੇ ਜਦੋਂ ਨਿਕਲਾਂਗੇ ਉਦੋਂ ਆਪਾਂ ਜਿਹੜਾ ਸਕਿਉਰਿਟੀ ਵਾਲਾ ਹੋਊਗਾ ਐਗਜ਼ਿਟ 'ਤੇ ਉਹਨੂੰ ਆਪਾਂ ਇਹ ਵਾਪਸ ਕਰਨਾ, ਇੱਕ ਸਾਨੂੰ ਗੇਟ ਪਾਸ ਇਸ਼ੂ ਆਊਗਾ ਉਹ ਅਸੀਂ ਉਹਨਾਂ ਨੂੰ ਵਾਪਸ ਕਰਨਾ ਅਤੇ ਫਿਰ ਆਪਾਂ ਨਿਕਲਣਾ। ਸੋ ਆਪਾਂ ਇੱਕ ਜਗ੍ਹਾ ਤੋਂ ਲੋਡ ਚੱਕਿਆ ਸੀ ਮਿਸ਼ੀਗਨ USA ਤੋਂ, ਅਤੇ ਉਹਦੀਆਂ 5 ਡਰੋਪਸ ਸੀਗੀਆਂ, 5ਵੀਂ ਡਿਲੀਵਰੀ 'ਤੇ ਆਪਾਂ ਪਹੁੰਚ ਗਏ, ਆਪਾਂ ਫਿਨਿਸ਼ ਕਰ ਦੇਣਾ ਅੱਜ ਦਾ ਦਿਨ,
ਸੋ ਇਹ ਵੈਸੇ ਸਿਟੀ ਵਾਲੇ ਡਰਾਈਵਰ ਦਾ ਕੰਮ ਸੀਗਾ, ਓਰੀਜਨਲ ਡਰਾਈਵਰ ਕਰਦਾ ਹੁੰਦਾ ਸਿਟੀ ਵਾਲਾ ਕੰਮ। ਸਾਡਾ ਕੰਮ ਅਸੀਂ ਲੌਂਗ ਹੌਲ ਦਾ ਕੰਮ ਕਰਦੇ ਹਾਂ, USA ਤੋਂ ਲੋਡ ਲਿਆ ਕੇ ਇੱਥੇ ਛੱਡਣਾ ਜਾਂ ਇੱਥੋਂ ਆਪਾਂ ਲੋਡ ਚੱਕ ਕੇ ਈਸਟ ਵਾਲੇ ਪਾਸੇ ਉੱਧਰ ਆਪਣਾ ਨਿਊ ਬ੍ਰੰਸਵਿਕ ਨੋਵਾ ਸਕੋਸ਼ੀਆ ਵਾਲੇ ਪਾਸੇ ਲੈ ਕੇ ਜਾਣਾ। ਪਰ ਕਈ ਵਾਰੀ ਡਰਾਈਵਰ ਜਿਹਨਾਂ ਤੋਂ ਨਹੀਂ ਹੁੰਦੇ ਫਿਰ ਇਹ ਲੌਂਗ ਹੌਲ ਵਾਲੇ ਬੰਦੇ ਉਹਨੂੰ ਕੰਪਲੀਟ ਕਰਦੇ ਆ, ਜਿਵੇਂ ਕਿ ਹੁਣ ਇਹਨਾਂ ਨੇ ਮੈਨੂੰ ਇਹ ਅਸਾਈਨ ਕਰਤਾ ਕੱਲ੍ਹ ਜਿਹੜਾ ਮੈਂ ਲੋਡ ਪਿਕਅਪ ਕਰਕੇ ਲਿਆਇਆ, ਮੈਨੂੰ ਹੀ ਹੁਣ ਡਿਲੀਵਰੀਆਂ ਕਰਨੀਆਂ ਪਈਆਂ, ਉਹ ਆਪਾਂ ਡਨ ਕਰਤੀਆਂ ਬਾਈ ਜੀ, ਕਰਨੀਆਂ ਪੈਣੀਆਂ, ਹੋਰ ਕੋਈ ਹੱਲ ਹੈ ਨਹੀਂ ਸੀਗਾ। ਸੋ ਵਧੀਆ ਰਿਹਾ ਅੱਜ ਦਾ ਦਿਨ ਓਨਟਾਰੀਓ 'ਚ। ਅਤੇ ਹੁਣ ਆਪਾਂ ਕੰਪਨੀ ਨੂੰ ਫੋਨ ਕੀਤਾ, ਉਹ ਕਹਿੰਦੇ ਤੇਰੇ ਵਾਸਤੇ ਲੋਡਡ ਟ੍ਰੇਲਰ ਰੈਡੀ ਹੋਏਗਾ ਜਿਹੜਾ ਆਲ ਦਾ ਵੇ ਈਸਟ ਸਾਈਡ ਨੋਵਾ ਸਕੋਸ਼ੀਆ ਵਾਲੇ ਪਾਸੇ ਨੂੰ ਜਾਊਗਾ। ਸੋ ਆਪਾਂ ਦੇਖਾਂਗੇ, ਕਿਉਂਕਿ ਆਪਾਂ ਹਜੇ ਐਮਟੀ ਟ੍ਰੇਲਰ ਕਰਾ ਕੇ ਰੀਫਰ ਦੇ ਵਿੱਚ ਡੀਜ਼ਲ ਪਾਉਣਾ, ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਐਮਟੀ ਟ੍ਰੇਲਰ ਕਿਤੇ ਡਰੋਪ ਕਰਦੇ ਹਾਂ, ਸੋ ਮੇਕ ਸ਼ੋਰ ਕਰੀਦਾ ਕਿ ਉਹਦੇ ਵਿੱਚ ਡੀਜ਼ਲ ਜਿਹੜਾ ਰੀਫਰ ਟੈਂਕ ਦੇ ਵਿੱਚ ਫੁੱਲ ਹੋਵੇ, ਕਿਉਂਕਿ ਪਤਾ ਨਹੀਂ ਹੁੰਦਾ ਕਈ ਵਾਰ ਰੀਫਰ ਚੱਲਦਾ ਛੱਡਣਾ ਪੈਂਦਾ, ਕਈ ਵਾਰੀ ਲੋਡਡ ਹੋਵੇ ਜਾਂ ਕਈ ਵਾਰੀ ਐਮਟੀ ਟ੍ਰੇਲਰ ਜਿਹੜਾ ਸ਼ਿਪਰ ਦੇ ਕੋਲ ਡਰੋਪ ਕਰਨਾ ਪੈਂਦਾ ਤਾਂ ਕਿ ਉਹ ਲੋਡ ਕਰ ਦੇਣ। ਸੋ ਕਈ ਵਾਰੀ ਲੋਡ ਇਹੋ ਜਿਹਾ ਹੁੰਦਾ ਰੀਫਰ ਆਪਾਂ ਨੂੰ ਚੱਲਦਾ ਰੱਖਣਾ ਪੈਂਦਾ, ਇਸ ਕਰਕੇ ਆਪਾਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿ ਘੱਟੋ ਘੱਟ ਫੁੱਲ ਹੋਵੇ, ਜੇ ਫੁੱਲ ਨਹੀਂ ਤਾਂ 3/4 ਤਾਂ ਜ਼ਰੂਰ ਹੋਵੇ। ਸੋ ਇਹ ਹਾਫ ਆ, ਇਹਦੇ ਵਿੱਚ ਆਪਾਂ ਫਿਊਲ ਫਿਆਲ ਪਾਵਾਂਗੇ, ਡੀਜ਼ਲ 'ਚ ਵੀ ਪਾਉਣਾ, ਟਰੱਕ 'ਚ ਵੀ ਪਾਉਣਾ, ਫਿਰ ਆਪਾਂ ਇਹਨਾਂ ਦੇ ਯਾਰਡ ਦੇ ਵਿੱਚ ਐਮਟੀ ਡਰੋਪ ਕਰਾਂਗੇ, ਉੱਥੋਂ ਹੀ ਆਪਾਂ ਲੋਡਡ ਚੱਕ ਕੇ ਆਲ ਦਾ ਵੇ ਬੈਗ ਨਿਕਲ ਜਾਂਗੇ ਵਾਪਸ। ਸੋ ਇਹ ਸੀਗਾ ਆਪਣਾ ਗੇੜਾ ਬਾਈ ਜੀ, ਜਿਹੜਾ ਆਪਾਂ ਮਿਸ਼ੀਗਨ ਤੋਂ ਚੱਕਿਆ, ਓਨਟਾਰੀਓ 'ਚ 5 ਡਿਲੀਵਰੀਆਂ ਕਰਕੇ ਖਾਲੀ ਕਰਾਤਾ। ਅਗਲਾ ਟ੍ਰਿਪ ਸਾਨੂੰ ਆਇਆ ਨਹੀਂ, ਅਗਲਾ ਟ੍ਰਿਪ ਆਪਾਂ ਅਗਲੀ ਵੀਡੀਓ 'ਚ ਕਵਰ ਕਰਾਂਗੇ। ਸੋ ਜਿਹੜੇ ਵੀ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ, ਅਤੇ ਜਿਹੜੇ ਵੀਰਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ, ਅਤੇ ਹੋਰ ਘੈਂਟ ਘੈਂਟ ਵੀਡੀਓ ਆਪਾਂ ਬਣਾਵਾਂਗੇ, ਅਤੇ ਕੁਛ ਕੁ ਗੱਲਾਂ ਇਨਫੋਰਮੇਸ਼ਨ ਵਾਲੀਆਂ ਜਿੰਨੀ ਕੁ ਆਪਾਂ ਨੂੰ ਨੌਲੇਜ ਹੈਗੀ ਉਹ ਆਪਾਂ ਕਰਦੇ ਰਵਾਂ ਕਰਾਂਗੇ। ਬਾਕੀ ਠੀਕ ਆ ਬਾਈ ਜੀ, ਆਪਣਾ ਧਿਆਨ ਰੱਖੋ, ਅਤੇ ਤਦ ਤੱਕ ਲਈ ਰੱਬ ਰੱਖਾ।